ਇੱਕ ਇਲਾਕੇ ਦੇ ਵਿੱਚ ਹਾਜ ਸਾਹਿਬ ਰਹਿਣ ਤਾਂ ਮਾਲ ਸ਼ਾਹ ਦੀ ਮਾਲਿਸ਼ ਕਰਦਾ ਬੈਠਾ ਹੋਵੇ ਅਤੇ ਉੱਤੋਂ ਇੱਕ ਬੰਦਾ ਆ ਗਿਆ ਆਦਾ ਹਾਜ ਸਾਹਿਬ ਅਸਲਾਮ ਅਲੈਕੁਮ। ਹਾਜ ਸਾਹਿਬ ਚੁੱਪ ਬੈਠੇ ਰਹੇ। ਉਹ ਮਾਲ ਸ਼ਾਹ ਆਦਾ ਵੀ ਹਾਜ ਸਾਹਿਬ ਮੈਂ ਤਾਂ ਤੁਹਾਡੀ ਸਾਈਕਲ ਲਈ ਮੈਨੂੰ ਤਾਂ ਥੋੜ੍ਹੀ ਦੇਰ ਤੁਹਾਨੂੰ ਵਾਪਸ ਆ ਦੇਣਾ। ਹਾਜ ਸਾਹਿਬ ਵਾਲੇ ਵੀ ਚੁੱਪ ਬੈਠੇ ਰਹੇ। ਉਹ ਬੰਦਾ ਸਾਈਕਲ ਦੇ ਚੜ੍ਹਦਾ ਚਲਾ ਗਿਆ। ਮਾਲਿਸ਼ ਖਤਮ ਥਈ ਅਤੇ ਮਾਲ ਸ਼ਾਹ ਆਦਾ ਵੀ ਹਾਜ ਸਾਹਿਬ ਅਰੇ ਤੁਹਾਡਾ ਤਾਂ ਦੋਸਤ ਵਾਪਸ ਨਹੀਂ ਆਇਆ, ਮੈਂ ਤਾਂ ਅੱਗੋਂ ਕੰਮ 'ਤੇ ਬਣਨ ਆ ਰਹੀ। ਹਾਜ ਸਾਹਿਬ ਆਦਮ ਕਿਹੜਾ ਮੇਰਾ ਦੋਸਤ, ਸਕਤ ਤੋਂ ਕੁਝ ਸਲਾਮ ਕਰਨਾ ਪਿਆ ਜਿਹੜਾ ਮੇਰਾ ਸਾਈਕਲ ਛੱਗੀਏ। ਉਹ ਸਕਤ ਨਾ ਮੈਂ ਉਸ ਬੰਦੇ ਕੋ ਜਾਣਨਾ, ਨਾ ਸਾਈਕਲ ਵਿੱਚ ਹੈਗੀ ਉਹ ਕੋ ਜਾਣਨਾ, ਨਾ ਹੀ ਮੈਂ ਉਹਦੇ ਸਲਾਮ ਦਾ ਜਵਾਬ ਦਿੱਤਾ। ਉਹ ਆਦਾ ਹਾਜ ਸਾਹਿਬ ਮੈਂ ਤਾਂ ਗਰੀਬ ਬੰਦਾ, ਮਿਹਨਤ ਮਜ਼ਦੂਰੀਆਂ ਕਰ ਅਤੇ ਸਾਈਕਲ ਕੀ ਦੀ ਆਈ, ਤੂੰ ਤਾਂ ਮਿਹਰਬਾਨੀ ਕਰੋ ਮੈਂ ਚੋਰ ਲਵਾ ਦਿਓ। ਸਕਤ ਚੋਰ ਹੁਣ ਕਿ ਲੱਭਣੇ, ਚੱਲ ਤੱਕ ਬਾਜ਼ਾਰ ਵਿੱਚੋਂ ਆ ਕੇ ਨਵਾਂ ਸਾਈਕਲ ਲੈ ਕੇ ਲੈ ਲੈਣਾ। ਬਾਜ਼ਾਰ ਭੁੱਲ ਗਏ, ਉਸ ਮਾਲਸ਼ੀ ਕੋ ਆ ਕੇ ਸਾਈਕਲ ਚੈੱਕ ਕਰ। ਸਾਈਕਲ ਚੈੱਕ ਕਰ ਅਤੇ ਮਾਲਸ਼ੀ ਵਾਪਸ ਆ ਗਿਆ। ਆਦਾ ਹਾਜ ਸਾਹਿਬ ਸਾਈਕਲ ਤਾਂ ਬਾਕੀ ਠੀਕ ਹੈ, ਲੇਕਿਨ ਇਹਦਾ ਫਰੇਮ ਥੋੜ੍ਹਾ ਮੈਨੂੰ ਟੇੜਾ ਲੱਗਦਾ ਹੈ। ਹਾਜ ਸਾਹਿਬ ਆਖਣ ਲੱਗਦੇ ਬੰਦਾ ਆਖਣ ਨਵੀਂ ਸਾਈਕਲ ਤਾਂ ਕੋਲ ਤਾਂ ਬੰਦਾ ਚਿਕਵਾ ਦੇ, ਤੂੰ ਆਦਾ ਸਾਈਕਲ ਦਾ ਫਰੇਮ ਡਿੰਗ ਹੈ, ਮੈਂ ਕੁੜੀ ਖਾ। ਹਾਜ ਸਾਹਿਬ ਛਿੱਕ ਤਾਂ ਗਿਆ ਸਾਈਕਲ, ਤਾਂ ਹਾਜ ਸਾਹਿਬ ਵਾਪਸ ਵਾਹ ਦੇਣਾ ਹੈ। ਹੁਣ ਮਾਲਸ਼ੀਆ ਬੈਠਾ ਹੈ, ਇੱਕ ਸਾਈਕਲ ਆਪਣਾ ਰੀਠੀ ਬੈਠਾ ਤਾਂ ਨਵੀਂ ਸਾਈਕਲ ਦੇ ਪੈਸੇ ਬਾਹਰ ਤੋਂ ਉਠੀਂਦਾ ਵੀ ਹੈ। ਅਤੇ ਪਾਕਿਸਤਾਨੀ ਕੌਮ ਯੂ ਹੈ, ਹਰ ਆਉਣ ਵਾਲਾ ਹੁਕਮਰਾਨ ਹਾਜੀਓਂ ਦਾ ਤਾਂ ਆਪ ਮਾਲਸ਼ੀਏ, ਜਿਹੜਾ ਹੀ ਆਉਂਦਾ ਦੱਸਿਆ ਉਹ ਚੋਰ ਆਈ ਤਾਂ ਮੈਂ ਠੀਕ ਹਾਂ, ਉਹ ਚੋਰੀ ਕਰਦਾ ਗਾ ਮੈਂ ਤਾਂ ਲੱਗਾ ਵਾ ਪਿਛਲਾ ਵੀ ਆਉਣਾ ਦੱਸਿਆ ਉਹ ਚੋਰੇ। ਮਤਲਬ 75 ਸਾਲ ਤੋਂ ਆਪ ਮਾਲਸ਼ੀਏ ਬਣੇ ਖੜੇ ਤਾਂ ਆਉਣ ਵਾਲਾ ਹੁਕਮਰਾਨ ਹਾਜੀ। ਅਗਲੀ ਵੀਡੀਓ ਤੱਕ ਮੈਂ ਕੋਈ ਇਜਾਜ਼ਤ ਦਿਓ, ਅੱਲਾ ਨੇ ਕਿਹਾ।